ਅਸੀਂ ਧਰਨਾ ਦਾ ਸੂਰਤ ਪ੍ਰਸ਼ਾਸਨ ਨਾਲ ਰਲ ਕੇ ਅਸੀਂ ਟੁੱਕਣਾ ਚਾਹੁੰਦੇ ਹਾਂ, ਪਰ ਫਿਰ ਵੀ ਸਾਡੇ ਨਾਲ ਧੱਕਾ ਕੀਤਾ ਗਿਆ ਹੈ ਬਹੁਤ ਜ਼ਿਆਦਾ। ਇੱਥੇ ਪੁਲਿਸ ਮੁਲਾਜ਼ਮ ਇੱਕ, ਉਹਨੇ ਸਾਨੂੰ ਗਾਲਾਂ ਵੀ ਕੱਢੀਆਂ ਨੇ ਭੈਣਾਂ ਦੀਆਂ। ਜਿਵੇਂ ਬਿੰਤੂ ਬੁੱਚੜ ਦੀ ਸਰਕਾਰ ਵੇਲੇ ਹੁੰਦਾ ਸੀ ਧੱਕਾ, ਅੱਜ ਵੀ ਉਹ ਹੀ ਧੱਕਾ ਹੋ ਰਿਹਾ ਨੌਜਵਾਨਾਂ ਨਾਲ। ਇਹ ਸਰਕਾਰਾਂ ਨੌਜਵਾਨਾਂ ਨੂੰ ਮਜਬੂਰ ਕਰ ਰਹੀਆਂ ਨੇ ਗਲਤ ਰਸਤੇ ਤੇ ਜਾਣ ਲਈ। खबर लेने फिरोजपुर तो, जिथे फिरोजपुर पुलिस ने अमृतपाल नू लेके धरना लगा के बैठे 25 धरनाकारियां नू फड़ के जेल भेजन लई करवाया मेडिकल। फड़े धरनाकारियां विच 3 नौजवानां दा 24 मार्च नू है 12वीं जमात दा पेपर। माझे मालवे नू जोड़न वाले बंडाला पुल उत्ते अमृतपाल सिंह दे हक विच चल रहा सी धरना। धरनाकारियां कहा कि पुलिस वल्लों उहनां नाल धक्का कीता जा रहा है। माझे मालवे नू जोड़न वाले फिरोजपुर दे बंडाला पुल उपर अमृतपाल सिंह दे हक विच धरना दे रहे व्यक्तियां विचों 25 व्यक्तियां नू अज सवेरे फिरोजपुर पुलिस वल्लों गिरफ्तार कीता गया ते कारवाई करदिआं अज शामी उहनां दा मेडिकल करवा के जेल विच भेजिआ गया। दसणयोग है कि गिरफ्तार धरनाकारियां विच 3 नौजवान भी हन जिन्हां दा 12वीं जमात दा पेपर है। सिविल ਹਸਪਤਾਲ ਫਿਰੋਜ਼ਪੁਰ ਦੇ ਬਾਹਰ ਪੁਲਿਸ ਦੀ ਬੱਸ ਮੈਡੀਕਲ ਕਰਵਾਉਣ ਲਈ ਲਿਆਂਦੇ ਧਰਨਾਕਾਰੀ ਕਹਿ ਰਹੇ ਨੇ ਕਿ ਉਹ ਬਿਲਕੁਲ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ ਅਤੇ ਪੁਲਿਸ ਦੀ ਹਰ ਗੱਲ ਮੰਨ ਰਹੇ ਸਨ। ਉਹਨਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨਾਲ ਲਗਾਤਾਰ ਤਾਲਮੇਲ ਹੋ ਰਿਹਾ ਸੀ ਅਤੇ ਧਰਨਾ ਚੁੱਕਣ ਲਈ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਹੋ ਚੁੱਕੀ ਸੀ, ਪਰ ਅੱਜ ਤੜਕੇ ਪੁਲਿਸ ਨੇ ਧਰਨਾਕਾਰੀਆਂ ਨੂੰ ਧੱਕੇ ਨਾਲ ਚੁੱਕ ਲਿਆਂਦਾ। ਉਹਨਾਂ ਮੰਗ ਕੀਤੀ ਹੈ ਕਿ ਜਲਦ ਹੀ ਫੜੇ ਧਰਨਾਕਾਰੀਆਂ ਨੂੰ ਛੱਡਿਆ ਜਾਵੇ, ਨਹੀਂ ਤਾਂ ਪੂਰੇ ਪੰਜਾਬ ਵਿੱਚ ਧਰਨੇ ਲਗਾਏ ਜਾਣਗੇ। ਹੋਰ ਉਹਨਾਂ ਨੇ ਕੀ ਕਿਹਾ, ਆਉ ਮਾਰਦੇ ਪੂਰੀ ਖਬਰ ਤੇ ਨਜ਼ਰ। ਕਰੇ ਕਰਾਂ ਕਰਾਂ ਜੋ ਪ੍ਰਸ਼ਾਸਨ ਧੱਕਾ ਕਰਦਾ ਕਰੋ, ਸਾਡਾ ਕੋਈ ਚੱਕਰ ਨਹੀਂ। ਅਸੀਂ ਭਾਵੇਂ ਸਾਲ ਲੱਗ ਜੇ, 2 ਲੱਗ ਜੇ, ਕੋਈ ਚੱਕਰ ਨਹੀਂ। ਹਾਏ ਬੰਦੇ ਵੀਡੀਓ ਪੂਰੀ ਯਾਰ, ਕੀ ਚੱਕਰ ਆ ਤਾਂ ਗਿਆ ਧੱਕੇ ਨਾਲ, ਬਹੁਤ ਧੱਕਾ ਹੋਇਆ ਸਾਡੇ ਨਾਲ। ਮੈਂ ਲਾਇਆ ਲਾਠੀ ਚਾਰਜ, ਅਸੀਂ ਜਾਣ ਕੇ ਸਹਿਮਤੀ ਕਰ ਲਈ ਸੀ ਉੱਥੇ। ਅਸੀਂ ਧਰਨਾ ਦਾ ਸੂਰਤ ਪ੍ਰਸ਼ਾਸਨ ਨਾਲ ਰਲ ਕੇ ਅਸੀਂ ਟੁੱਕਣਾ ਚਾਹੁੰਦੇ ਹਾਂ, ਪਰ ਫਿਰ ਵੀ ਸਾਡੇ ਨਾਲ ਧੱਕਾ ਕੀਤਾ ਗਿਆ ਹੈ ਬਹੁਤ ਜ਼ਿਆਦਾ। ਇੱਥੇ ਪੁਲਿਸ ਮੁਲਾਜ਼ਮ ਇੱਕ, ਉਹਨੇ ਸਾਨੂੰ ਗਾਲਾਂ ਵੀ ਕੱਢੀਆਂ ਨੇ ਭੈਣਾਂ ਦੀਆਂ। ਅਸੀਂ ਲਾਇਆ ਸੀ ਅੰਮ੍ਰਿਤਪਾਲ ਦੀ ਰਿਹਾਈ ਲਈ, ਜੋ ਉਹਨੂੰ ਬੇਕਸੂਰ ਅਰੈਸਟ ਕੀਤਾ ਹੈ। ਉਹ ਵੀ ਕੱਲ ਦਾ ਰਸਤਾ ਚੱਲ, ਇੱਕ ਤਰਫਾ ਰਸਤਾ ਚੱਲਦਾ ਪਿਆ ਸੀ, ਸਿੱਖਾਂ ਦੇ ਬੱਚਿਆਂ ਨੂੰ ਸਿੱਧੇ ਰਸਤੇ ਪਾ ਰਿਹਾ ਸੀ। ਜਿਵੇਂ ਬਿੰਤੂ ਬੁੱਚੜ ਦੀ ਸਰਕਾਰ ਵੇਲੇ ਹੁੰਦਾ ਸੀ ਧੱਕਾ, ਅੱਜ ਵੀ ਉਹ ਹੀ ਧੱਕਾ ਹੋ ਰਿਹਾ ਨੌਜਵਾਨਾਂ ਨਾਲ। ਨੌਜਵਾਨਾਂ ਨੂੰ ਮਜਬੂਰ ਕਰ ਰਹੇ ਨੇ ਗਲਤ ਰਸਤੇ ਤੇ ਜਾਣ ਲਈ। ਇਹ ਸਰਕਾਰਾਂ ਨੌਜਵਾਨਾਂ ਨੂੰ ਮਜਬੂਰ ਕਰ ਰਹੀਆਂ ਨੇ ਗਲਤ ਰਸਤੇ ਤੇ ਜਾਣ ਲਈ ਔਰ ਗਲਤ ਦਲਦਲ ਦੇ ਵਿੱਚ ਪੈਣ ਲਈ। ਕੋਈ ਵੀ ਐਡੀ ਖਾਸ ਗੱਲ ਨਹੀਂ ਸੀ, ਟਿੱਡਾ ਇਹਨਾਂ ਨੇ ਇਸ਼ੂ ਬਣਾਤਾ ਹੈ ਅੱਜ। ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਵਾਹਿਗੁਰੂ, ਸਾਨੂੰ ਕਿਹਾ ਗਿਆ ਵੀ ਮੋਰਚਾ ਚੱਕ ਲਓ, ਹਰੀਕਾ ਤੋਂ ਚੱਕਿਆ ਗਿਆ। ਅਸੀਂ ਚੱਕਣ ਲਈ ਤਿਆਰ ਸੀ, ਅਸੀਂ ਮੋਰਚਾ ਚੁੱਕ ਕੇ ਤੁਰਨ ਲੱਗੇ ਆ ਤੇ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਬੰਦੇ ਘੱਟ ਬਹੁਤ ਜ਼ਿਆਦਾ ਮੁਲਾਜ਼ਮ ਇਧਰੋਂ। ਇਹਨਾਂ ਪਹਿਲਾਂ ਹੀ ਸਲਾਹ ਕੀਤੀ ਫੋਨ ਤੇ, ਉਧਰੋਂ ਹੀ ਆ ਗਏ ਇਹਨਾਂ ਨੇ। ਫਿਰ ਗੱਡੀਆਂ ਹੀ ਭਾਉਣੇ ਸ਼ੁਰੂ ਕਰ ਦਿੱਤੇ ਤੇ ਫਿਰ ਭੱਜਣਾ ਥੋੜੇ ਖਾਲਸੇ ਨੇ। ਅਸੀਂ ਆਖਿਆ ਭੱਜਣਾ ਨੀ ਗਾ, ਅਸੀਂ ਆਪ ਹੀ ਬਹਿ ਨੇ, ਚਲੋ ਜਿੱਥੇ ਲੈ ਜਾਣਾ ਲੈ ਜਾਓ। ਇਸ ਕਰਕੇ ਇਹ ਧੱਕਾ ਹੈ ਨਜਾਇਜ਼ ਹੈ। ਬਾਅਦ ਵਿੱਚ ਕਹਿਣਾ ਵੀ ਆਤੋਵਾਦੀ ਹੈ, ਵੱਖਵਾਦੀ ਹੈ। ਹੁਣ ਮਾੜਾ ਸੋਚਾਂ, ਜੇ ਸਾਡਾ ਗੁਨਾਹ ਕੀ, ਜਦੋਂ ਤੁਸੀਂ ਕਿਹਾ ਚੁੱਕ ਲਓ ਅਸੀਂ ਚੁੱਕ ਲਿਆ, ਫਿਰ ਕਿਸੇ ਦਾ ਰਾਸਤਾ ਨੀ ਬੰਦ ਕੀਤਾ ਪ੍ਰਸ਼ਾਸਨ ਦੇ ਨਾਲ। ਅਸੀਂ ਇੱਕ ਸਾਈਡ ਤੇ ਬੈਠੇ ਸੀ, ਲਾਇਆ ਸੀ ਅਸੀਂ ਕਹਿਣੇ ਰਸਤਾ ਚੱਲਦਾ ਸੀ, ਕਿਹਾ ਪਬਲਿਕ ਨੂੰ ਪੁੱਛ ਸਕਦੇ ਨੇ। ਇਹ ਸ਼ਰੇਆਮ ਧੱਕਾ ਕੀਤਾ ਤੇ ਮੁੜ ਕੇ ਸਾਨੂੰ ਕਹਿਣਾ ਵੱਖਵਾਦੀ ਅੱਤਵਾਦੀ ਆ। ਤੁਹਾਡੇ ਵੱਲੋਂ ਕੋਈ ਪੁੱਛੇ ਮਾਣਾ ਪਾ ਕੇ ਕੋਈ ਅਸੀਂ ਘਾੜ ਪਰ ਸਾਨੂੰ ਘਾੜ ਘੁਟਾਏ ਗਏ, ਸਰਕਾਰਾਂ ਧੱਕੇ ਨਾਲ ਦੇ ਰਹੀਆਂ ਨੇ। ਭਗਵੰਤ ਮਾਨ ਨੂੰ ਬੇਨਤੀ ਹੈ ਵੀ ਜੇ ਤੂੰ ਨੌਜਵਾਨ ਦਾ
बस भर के लिया कि लिया कि नौजवान ये कोट बुढ़े तो जी अंब पत्ती जी सड़क आ दरिया के उ फिरोजपुर आती दरिया के पुल के कोलों मुंडे लियाए आई प्रोटेस्ट कर रहे हैं भी जे किसान मजदूर पंजाब मोर्चा का मैं सूबा प्रधान है ये मेरे नाल सारे वर्कर कर रहे ही जिन्हें पंजाब के नौजवान चुक के नजायज अमृतपाल सिंह ने जो नजायज इन्हें परचे पाए आते वास्ते शांति ने एक पास प्रोटेस्ट कर रहे हैं इन्होंने साढ़े को डी एस पी गया दो तीन होर डी एस पी गए दो तीन तरन तरन तो डी एस पी गए कहते तहसीलदार आया गल कर लो असी ये क्या सी भी जे तुम जो हरीके वाले धरने ने फैसला करोगे अं भी वो करा ये कहें वो चुकाता है असी ये थोड़ा जहाँ सू दो मिनट दो टाइम असी दो मिनट लाए असी क्या भी अभी सस्पेंड कर दें मोर्चा साड़ी इन्हें कमेंटमेंट हो गई तहसीलदार तो डी एस पी नाल जो कमेंटमेंट इन्हें करके साडे बंदे जान के गिरफ्तार किए साडे जो समान उतों चुक के लिया ने गद्दे रजाइया तीन ट्रैक्टर तीन ट्रालिया 25 मुंडे ते दो तीन मुंडे अजे साडे गैब भी ने वो हुण ये पता नहीं एस वी पी ने किते गैब जां किसे डिप्टी ने किते आ वो असी कल नूं धरना लाउण की कोशिश कर रहे हैं किसान मजदूर संघर्ष कमेटी और किसान मजदूर मोर्चा होर भी दूजिया मेरी चलती पी ये गल किसान संयुक्त मोर्चे ना गल चलती भी ठक्किया जलबत्तियां जो वह भी साढ़े नाल आ गई तो अभी पूरे पंजाब से प्रोटेस्ट करा ये तीन बच्चे ने जिन्हों का पेपर पैना 24 तरीक नो बच्चे छे जाने सरकार जान बुझ के साड़िया जमानत बच्चों लिया है जान के भी बच्चे बाहर जा रहे इन्होंने पेपर खराब किए जाने किसी का पासपोर्ट ना बने किसी का कुछ ना ये सरकार सेंटर सरकार की ये साजिश है जो पंजाब का नौजवान है जो आवाज थपदा है कत्ती जथेबंद अभी पंजाब 365 जथेबंदियों ने जो लाया धरना उन्हें कत्ती जथेबंदियां पहले उभर के सामने आईया ही उन्होंने दबाने की खातर भी पंजाबी आवाज उठाते साडे कि सेंटर सरकार कहती है सानू दबाने वास्ते पंजाबियों का धक्का दिता जाता है सरकार धक्का कर दी ये फिर थले न्यों गया है बहुत ज्यादा सेंटर के थले न्यौया है सेंटर की शहर न्यौ के इन्हें काम किया जो भी किया है बारहों एजेंसियां मंगाई ने जो ला के साडा जिहड़ा एक आगू है नौजवान वो पता नहीं इन्होंने मार दिता है जां फड़िया है कई होर सिख नौजवान है उन्होंने कोई पता नहीं लापता ने फड़े कि नहीं फड़े इस तरह ही जिवें साडे महू वाले तो हरीके तो जो धरना उस धरने तो कई बंद चुके हुए ने कई ड्रावर ने कई उनके फटड़ ने इन्होंने अथरू बैस मारे जो ज्यादा ये धक्का कर रही है मलकीत सिंह किसान मजदूर मोर्चा पंजाब सूबा प्रधान फिरोजपुर तो सुखचैन सिंह की रिपोर्ट।